ਹਸਪਤਾਲ ਮੁਲਾਜ਼ਮ ਨੇ ਪੂਰੇ ਪੰਜਾਬ 'ਚ, ਕੋਈ ਦੁਨੀਆ 'ਚ ਬਾਬਾ ਨਾਨਕ ਵੀ ਕਵਨ ਤਾਂ ਵੀ ਨਹੀਂ ਲੱਗ ਸਕਦੇ ਤਨਖਾਹ ਦੇ ਨੂੰ। ਘਰ ਘਰ ਨੌਕਰੀ ਸਰ, ਮੈਂ ਉਹੀ ਕਹਿ ਰਿਹਾ ਘਰ ਘਰ ਨੌਕਰੀ ਮਤਲਬ ਰੋਜ਼ਗਾਰ। 5.5 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ, ਨਹੀਂ ਮਿਲਿਆ ਸਰ, ਨਹੀਂ ਮਿਲਿਆ ਜੀ। ਅਸੀਂ ਬੇਰੁਜ਼ਗਾਰ ਹਾਂ ਜੀ, ਸਾਨੂੰ ਦਿਹਾੜੀ ਨਹੀਂ ਮਿਲਦੀ, ਕਦੀ ਮਿਲਦੀ ਹੈ ਕਦੀ ਨਹੀਂ ਮਿਲਦੀ ਜੀ। ਤੁਸੀਂ ਕਹਿੰਦੇ ਸੀ ਸਰ ਵੀ ਬੇਰੁਜ਼ਗਾਰ ਨੂੰ ਤੁਸੀਂ 2500 ਰੁਪਈਆ ਪੈਨਸ਼ਨ ਦੇਵਾਂਗੇ, ਪੈਨਸ਼ਨ ਵੀ ਨਹੀਂ ਮਿਲਦੀ ਸਾਨੂੰ ਜੀ। ਅਸੀਂ ਆਪ ਪਲੱਸ ਟੂ ਤੋਂ ਬਾਅਦ ਸਰਕਾਰੀ 'ਚ ਪੜ੍ਹੇ ਜਾਂਦੀ, ਸਾਡੀ ਗੁੰਜਾਇਸ਼ ਨਹੀਂ ਵੀ ਅਸੀਂ ਪ੍ਰਾਈਵੇਟ ਕਾਲਜ ਦੇ ਵਿੱਚ ਪੜ੍ਹ ਸਕੀਏ। ਮੇਰਾ ਅੱਧਾ ਘੰਟਾ ਲੈ ਗਿਆ। ਹਾਂਜੀ ਹਾਂਜੀ, ਦੁਕਾਨਾਂ ਸਾਰੀਆਂ ਲੋਕ ਵਧਾ ਦੇਣਗੇ, ਪਰ ਤੂੰ ਮੈਂ ਸਪੋਰਟ ਕਰਕੇ 10 ਵੋਟਾਂ ਆਪਦੀ। ਇੱਕ ਸਵਾਲ ਪੁੱਛਿਆ ਸੀ ਮੈਂ, 12 ਸਵਾਲਾਂ ਦਾ ਜਵਾਬ ਨਹੀਂ ਨਹੀਂ ਸਰ ਪੁੱਛਦਾ ਹੀ ਜਾਏਗਾ। ਨਹੀਂ ਸਰ, ਐਂ ਨਹੀਂ, ਮੇਰੀ ਕਾਰ 'ਚ ਪਤਾ ਕੀ ਗੱਲ ਹੈ ਜੀ, ਅਸੀਂ ਬੇਰੁਜ਼ਗਾਰ ਆਏ, ਅਸੀਂ ਨੌਜਵਾਨ ਆਏ, ਅਸੀਂ ਬੇਰੁਜ਼ਗਾਰ, ਸਾਨੂੰ ਰੁਜ਼ਗਾਰ ਚਾਹੀਦਾ ਜੀ। ਮੈਂ ਤੈਨੂੰ ਕਾਰ 'ਚ ਬਹਿ ਜਾ, ਸਾਰੇ ਸਵਾਲਾਂ ਦਾ ਜਵਾਬ। ਚਲੋ ਤੁਹਾਡੀ ਮਰਜ਼ੀ ਹੈ ਜੀ, ਉਹ ਤਾਂ ਅਸੀਂ ਜਵਾਬ ਪੁੱਛਣਾ।